ਦੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾ ਅਤੇ ਭੈਣੋ ਸਾਰਿਆਂ ਨੂੰ ਜੈ ਯਿਸੂ ਦੀ। ਅੱਜ ਅਸੀਂ ਉਸ ਸੰਤ ਦੀ ਜੀਵਨੀ ਬਾਰੇ ਸੁਣਾਂਗੇ ਜਿਨ੍ਹਾਂ ਨੇ ਬਚਪਨ ਤੋਂ ਹੀ ਦੁੱਖ ਤਸੀਹੇ ਸਹਿੰਦੇ ਹੋਏ ਅਤੇ ਬਿਮਾਰੀ ਦੀ ਹਾਲਤ ਵਿੱਚ ਰਹਿੰਦੇ ਹੋਏ ਵੀ ਉਸ ਪ੍ਰਭੂ ਦੀ ਬੰਦਗੀ ਅਤੇ ਸਿਜਦਾ ਅਤੇ ਪ੍ਰਾਰਥਨਾ ਨਾਲ ਪ੍ਰਭੂ ਨਾਲ ਜੁੜੇ ਰਹੇ। ਅੱਜ 15 ਜੂਨ ਨੂੰ ਪਾਕਮਾ ਕਲੀਸਿਆ ਸੰਤ ਜਰਮੇਨ ਕਾਉਸਿਨ ਦੀ ਈਦ ਮਨਾਉਂਦੀ ਹੈ। ਸੰਤ ਜਰਮੇਨ ਦਾ ਜਨਮ 1579 ਵਿੱਚ ਪੈਬਰਿਕ ਫਰਾਂਸ ਵਿਖੇ ਹੋਇਆ। ਉਹ ਬਚਪਨ ਤੋਂ ਹੀ ਖੁਦਾ ਪ੍ਰਸਤੀ ਵਾਲਾ ਜੀਵਨ ਬਤੀਤ ਕਰਦੇ ਸਨ। ਜਦੋਂ ਉਹ ਛੋਟੇ ਹੀ ਸਨ ਤਾਂ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਦੇ ਪਿਤਾ ਜੀ ਨੇ ਦੂਸਰਾ ਵਿਆਹ ਕਰਵਾ ਲਿਆ। ਉਹਨਾਂ ਦੀ ਸੌਤੇਲੀ ਮਾਂ ਦਾ ਵਿਵਹਾਰ ਉਹਨਾਂ ਪ੍ਰਤੀ ਚੰਗਾ ਨਹੀਂ ਸੀ। ਉਹ ਉਹਨਾਂ ਨਾਲ ਦੁਰਵਿਵਹਾਰ ਕਰਦੇ ਸਨ ਕਿਉਂਕਿ ਸੰਤ ਜਰਮੇਨ ਬਚਪਨ ਤੋਂ ਹੀ ਬਿਮਾਰ ਰਹਿੰਦੇ ਸਨ। ਤਾਂ ਉਹਨਾਂ ਦੀ ਸੌਤੇਲੀ ਮਾਂ ਨੇ ਉਹਨਾਂ ਦੇ ਪਿਤਾ ਨੂੰ ਕਿਹਾ ਕਿ ਇਹਨਾਂ ਨੂੰ ਬਾਕੀਆਂ ਨਾਲੋਂ ਅਲੱਗ ਰੱਖੋ ਅਤੇ ਇਸ ਨੂੰ ਘਰ ਤੋਂ ਬਾਹਰ ਰੱਖੋ, ਕਿਤੇ ਅਜਿਹਾ ਨਾ ਹੋਵੇ ਕਿ ਇਸ ਦੀ ਬਿਮਾਰੀ ਬਾਕੀ ਸਾਰਿਆਂ ਨੂੰ ਲੱਗ ਜਾਵੇ ਅਤੇ ਇਹ ਬਿਮਾਰੀ ਫੈਲ ਜਾਵੇ। ਜਦੋਂ ਇੱਕ ਦਿਨ ਸੰਤ ਜਰਮੇਨ ਜੰਗਲ ਤੋਂ ਭੇਡ ਬੱਕਰੀਆਂ ਨੂੰ ਚਾੜ ਕੇ ਵਾਪਸ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਉਸਦਾ ਮੰਜਾ ਬਿਸਤਰਾ ਤਬੇਲੇ ਵਿੱਚ ਲੱਗਾ ਹੋਇਆ ਹੈ ਅਤੇ ਉਸਨੂੰ ਕਿਹਾ ਗਿਆ ਕਿ ਉਹ ਅੱਜ ਤੋਂ ਉੱਥੇ ਹੀ ਰਹੇਗੀ। ਸੋ ਉਹ ਭੇਡਾਂ ਬੱਕਰੀਆਂ ਵਿਚਕਾਰ ਰਹਿੰਦੀ ਅਤੇ ਨਿਰੰਤਰ ਪ੍ਰਾਰਥਨਾ ਵਿੱਚ ਆਪਣਾ ਜੀਵਨ ਬਤੀਤ ਕਰਦੀ। ਉਹ ਹਮੇਸ਼ਾ ਖੁਦਾ ਦੀ ਆਰਾਧਨਾ ਕਰਦੀ ਅਤੇ ਮਾਂ ਮਰੀਅਮ ਦੇ ਆਦਰ ਵਿੱਚ ਆਪਣਾ ਸਮਾਂ ਬਤੀਤ ਕਰਦੀ। ਉਹ ਛੋਟੇ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਧਰਮ ਸਿੱਖਿਆ ਬਾਰੇ ਗਿਆਨ ਦਿੰਦੀ। ਜਦੋਂ ਸਵੇਰੇ ਸਵੇਰੇ ਗਿਰਜੇ ਦੀ ਘੰਟੀ ਵੱਜਦੀ ਤਾਂ ਆਪਣੀਆਂ ਭੇਡਾਂ ਬੱਕਰੀਆਂ ਨੂੰ ਲੈ ਕੇ ਜੰਗਲ ਵੱਲ ਚਲੀ ਜਾਂਦੀ ਅਤੇ ਉਹਨਾਂ ਨੂੰ ਉੱਥੇ ਹੀ ਚਾਰਦੇ ਹੋਏ ਛੱਡ ਕੇ ਪਾਕਮਾ ਦੀ ਕੁਰਬਾਨੀ ਵਿੱਚ ਭਾਗ ਲੈਣ ਲਈ ਚਲੀ ਜਾਂਦੀ ਕਿਉਂਕਿ ਉਸ ਸਮੇਂ ਜੰਗਲੀ ਭੇੜੀਏ ਦਾ ਬਹੁਤ ਹੀ ਜ਼ੋਰ ਸੀ ਅਤੇ ਜੰਗਲੀ ਭੇੜੀਏ ਭੇਡਾਂ ਬੱਕਰੀਆਂ ਨੂੰ ਖਾ ਜਾਂਦੇ ਸਨ। ਪਰ ਜਦੋਂ ਉਹ ਪਾਕਮਾ ਦੀ ਕੁਰਬਾਨੀ ਵਿੱਚ ਭਾਗ ਲੈ ਕੇ ਵਾਪਸ ਆਉਂਦੀ ਤਾਂ ਉਹ ਵੇਖਦੀ ਕਿ ਉਹਦੀ ਭੇਡ ਬੱਕਰੀਆਂ ਸੁਰੱਖਿਅਤ ਸਨ। ਇਸ ਤਰ੍ਹਾਂ ਉਹ ਪ੍ਰਭੂ ਦੇ ਨਾਲ ਪ੍ਰਾਰਥਨਾ ਵਿੱਚ ਹਮੇਸ਼ਾ ਜੁੜੀ ਰਹਿੰਦੀ। ਜਦੋਂ ਉਹ 22 ਸਾਲ ਦੀ ਉਮਰ ਦੀ ਹੋਈ ਤਾਂ ਉਹਨਾਂ ਦਾ ਸਖ਼ਤ ਬਿਮਾਰੀ ਕਰਕੇ ਦੇਹਾਂਤ ਹੋ ਗਿਆ। ਸੰਤ ਪੀਊਸ 9ਵੇਂ ਨੇ 29 ਜੂਨ 1867 ਵਿੱਚ ਉਹਨਾਂ ਨੂੰ ਸੰਤ ਘੋਸ਼ਿਤ ਕੀਤਾ। ਪਹਿਲੇ ਭਰਾਵੋ ਅਤੇ ਭੈਣੋ, ਆਹ ਜਦੋਂ ਅਸੀਂ ਇਸ ਮਹਾਨ ਸੰਤ ਸੰਤ ਜਰਮੇਨ ਦੀ ਈਦ ਮਨਾ ਰਹੇ ਹਾਂ, ਉਹਨਾਂ ਸਾਰੇ ਬਿਮਾਰ ਬੱਚਿਆਂ ਲਈ ਪ੍ਰਾਰਥਨਾ ਕਰੀਏ ਅਤੇ ਉਹਨਾਂ ਬੇਸਹਾਰਿਆਂ ਗਰੀਬਾਂ ਲੋਕਾਂ ਲਈ ਪ੍ਰਾਰਥਨਾ ਕਰੀਏ ਜਿਨ੍ਹਾਂ ਦਾ ਦੇਖਣ ਲਈ ਕੋਈ ਨਹੀਂ ਹੈ, ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਨਹੀਂ ਹੈ, ਤਾਂ ਜੋ ਇਸ ਸੰਤ ਦੀ ਸਿਫਾਰਿਸ਼ ਰਾਹੀਂ ਖੁਦਾ ਉਹਨਾਂ ਉੱਤੇ ਦਇਆ ਕਰੇ ਅਤੇ ਹਮੇਸ਼ਾ ਉਹਨਾਂ ਦੀ ਰੱਖਿਆ ਕਰੇ ਅਤੇ ਉਹਨਾਂ ਦੀਆਂ ਰੋਜ਼ ਦੀਆਂ ਲੋੜਾਂ ਨੂੰ ਪੂਰੀਆਂ ਕਰੇ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇਵੇ। ਆਮੀਨ।